ਐਂਬੂਲੈਂਸ ਜਿਹੜੀ ਆ ਹੁਣ ਖੁਦ ਬਿਮਾਰ ਹੁੰਦੀ ਦਿਖਾਈ ਦੇ ਰਹੀ ਆ। ਤੁਸੀਂ ਵੇਖਦੇ ਹੋ ਵੀ ਕਿਸ ਤਰ੍ਹਾਂ ਪੇਸ਼ਾਂ ਨੂੰ ਜਦੋਂ ਛੱਡ ਕੇ ਆ ਰਹੀ ਸੀ ਤੇ ਉਹਦੇ ਵਿੱਚ ਜਿਹੜਾ ਧੂੰਆਂ ਉੱਠਦਾ ਜਿਹੜਾ ਸ਼ੁਰੂ ਹੋਇਆ, ਜਦੋਂ ਡਰਾਈਵਰ ਸੀਗਾ ਇਹਨੂੰ ਡਰਾਈਵ ਕਰਦਾ ਪਿਆ ਸੀ, ਜਦੋਂ ਉਹਨੂੰ ਭਰਕ ਪਈ ਵੀ ਇਹਦੇ ਵਿੱਚ ਕੋਈ ਫਾਲਟ ਆ ਗਿਆ ਤੇ ਉਹਨਾਂ ਨੇ ਗੱਡੀ ਨੂੰ ਰੋਕਿਆ ਤੇ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਗਿਆ। ਪੰਜਾਬ 'ਚੋਂ ਤੋਂ ਰਿਸ਼ਵਤਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ। ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ, ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ, ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ। ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ, ਤਾਂ ਕਿਰਪਾ ਕਰਕੇ ਇਹੋ ਜਿਹੇ ਝਾਂਸਿਆਂ 'ਚ ਨਾ ਆਇਓ, ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਬਣਾਉਣਾ ਔਰ ਲੱਗੇ ਹੋਏ ਹਾਂ, ਦਿਨ ਰਾਤ ਲੱਗੇ ਹੋਏ ਹਾਂ। ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ। ਜੇ ਆ ਹੈਲਪ ਸੈਂਟਰ 'ਤੇ ਸਾਨੂੰ ਕੋਈ ਫੋਨ ਨਾ ਆਉਂਦਾ, ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ। ਜ਼ਰੂਰ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ, ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਤੇ ਉਹਨਾਂ ਨੇ ਜਿਹੜੀ ਅੱਗ ਨੂੰ ਜਿਹੜਾ ਬੁਝਾਇਆ ਗਿਆ ਸੀ ਉਹ ਡਰਾਈਵਰ ਨਾਲ ਗੱਲਬਾਤ ਕਰਦੇ ਆ ਵੀ ਆਖਿਰ ਹੋਇਆ ਕੀ? ਨਮਸਕਾਰ ਭਾਜੀ, ਭਾਜੀ ਕੀ ਹੋਇਆ ਜੀ? ਕੁਛ ਨਹੀਂ, ਬਸ ਅਸੀਂ ਫਰੀਦਕੋਟ ਆਈ ਜਾਂਦੇ ਸੀ ਮਰੀਜ਼ ਛੱਡ ਕੇ ਜੀ, ਤੇ ਬਸ ਇੱਥੇ ਕੈਂਟ ਪਹੁੰਚੇ ਆ ਤੇ ਪੁੱਲ ਤੇ ਪਹੁੰਚੇ, ਪਤਾ ਨਹੀਂ ਗਰਮੀ ਕਰਕੇ ਕੀ ਕਾਰਨ ਬਣਿਆ, ਸ਼ੋਰਟ ਸਰਕਟ ਹੋ ਗਿਆ ਜੀ, ਉਹਦੇ ਕਰਕੇ ਥੋੜਾ ਜਿਹਾ ਧੂੰਆਂ ਨਿਕਲਿਆ ਤੇ ਅਸੀਂ ਫਟਾਫਟ ਗੱਡੀ ਰੋਕੀ ਤੇ ਵੇਖਿਆ ਥੱਲੇ ਧੂੰਆਂ ਧੂੰਆਂ ਹੋ ਗਿਆ, ਗੱਡੀ ਬੰਦ ਕਰਤੀ, ਨਾਲ ਦੀ ਨਾਲ ਜੀ ਸਿਲੰਡਰ ਕੱਢਿਆ ਵਿੱਚ ਫਾਇਰ ਸਿਲੰਡਰ ਅੱਗ ਬੁਝਾਉਣ ਵਾਸਤੇ ਜਿਹੜਾ ਹੁੰਦਾ ਜੀ, ਉਹਨੇ ਟਾਈਮ ਨੂੰ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ, ਉਹਨਾਂ ਨੂੰ ਬੁਲਾ ਲਿਆ, ਉਹ ਵੀ ਆ ਗਿਆ, ਫਿਰ ਉਸੇ ਕਰਕੇ ਵੀ ਅੱਗ ਤੇ ਕੰਟਰੋਲ ਕਰ ਲਿਆ। ਭਾਈ ਕਿੰਨੀ ਕੁ ਪੁਰਾਣੀ ਗੱਡੀ ਆ ਜਿਹੜੀ ਦੇਖੀ? ਗੱਡੀ ਤੇ ਨਵੀਂ ਆਈ, ਕੋਈ ਠੀਕ ਆ, ਵਧੀਆ ਕੰਡੀਸ਼ਨ ਆ ਗੱਡੀ 'ਚ, ਅੱਗੇ ਦਿੱਕਤ ਕਦੀ ਨਹੀਂ ਆਈ ਇਹੋ ਜਿਹੀ, ਅੱਗ ਵਾਲੀ ਤਾਂ ਪਹਿਲਾਂ ਹੀ ਜਦੋਂ ਵੀ ਮੈਂ ਡਿਊਟੀ ਕਰਦਾ ਪਹਿਲੀ ਰੇਤ ਦਾ ਚਾਂਸ ਹੋਇਆ। ਵੀ ਲੱਗਦਾ ਵੀ ਜਾਨ ਵੀ ਜੋਖਿਮ 'ਚ ਪੈ ਗਈ, ਜੇ ਮਰੀਜ਼ ਹੋ ਤਾਂ ਮੁਸ਼ਕਲ ਆਉਣੀ, ਫਿਰ ਵੇਖੋ ਜੀ ਕੁਛ ਵੀ ਹੋ ਸਕਦਾ ਹੈ ਤਾਂ ਉਦੋਂ ਟਾਈਮ ਦੀ ਪਤਾ ਲੱਗਣਾ ਇਹਨਾਂ ਨੂੰ, ਆਪਾਂ ਇੱਦਾਂ ਕੁਛ ਵੀ ਨਹੀਂ ਕਹਿ ਸਕਦੇ। ਕੋਈ ਸ਼ੋਰਟ ਸਰਕਟ ਹੋਇਆ ਜਾਂ ਸਰ? ਹਾਂਜੀ ਇੱਦਾਂ ਹੀ ਕੁਛ ਹੋ ਗਿਆ ਜੀ, ਬਸ ਤੁਸੀਂ ਜਿਸ ਤਰ੍ਹਾਂ ਡਰਾਈਵਰ ਦਾ ਕਹਿਣਾ ਵੀ ਕੋਈ ਸ਼ੋਰਟ ਸਰਕਟ ਹੋਇਆ ਵੀ ਜਿਸ ਕਰਕੇ ਗੱਡੀ ਦੇ ਵਿੱਚ ਜਿਹੜਾ ਧੂੰਆਂ ਧੂੰਆਂ ਹੋ ਗਿਆ, ਐਂਬੂਲੈਂਸ ਆ 108 ਨੰਬਰ, 108 ਨੰਬਰ ਜਿਹੜੀ ਹੈਗੀ ਹੈ ਲੋਕਾਂ ਨੂੰ ਜਿਹੜੀਆਂ ਉਹ ਸੁਵਿਧਾਵਾਂ ਪੇਸ਼ ਕਰਦੀ ਆ, ਲੇਕਿਨ ਉਹਦੇ ਜਦੋਂ ਇੰਜਨ 'ਚ ਵਿੱਚੋਂ ਧੂੰਆਂ ਨਿਕਲਿਆ ਤੇ ਉਹ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ ਸੀਗਾ ਵੀ ਕਿਸ ਤਰ੍ਹਾਂ ਕਾਫ਼ੀ ਮੁਸ਼ਕਲਾਂ ਜਿਹੜੀਆਂ ਉਹ ਮਤਲਬ ਸਾਹਮਣੇ ਆਈਆਂ, ਕੋਈ ਡਰਾਈਵਰ ਦੀ ਜਾਨ ਬੜੀ ਮੁਸ਼ਕਲ ਜਿਹੜੀ ਬਚੀ ਹੈ, ਕਿਉਂਕਿ ਪੁੱਲ ਦੇ ਉੱਤੇ ਫਿਰੋਜ਼ਪੁਰ ਦੇ ਜਿਹੜਾ ਸ਼ਹਿਰ ਦੇ ਸੈਂਟ ਨੂੰ ਤੋੜਨ ਵਾਲਾ ਜਿਹੜਾ ਪੁੱਲ ਹੈ ਉਹਦੇ ਉੱਤੇ ਜਿਹੜਾ ਵੀ ਇਹ ਗੱਡੀ ਜਿਹੜੀ ਖਰਾਬ ਹੋਈ ਆ, ਧੂੰਆਂ ਹੋਈ ਆ, ਇਹਨੂੰ ਅੱਗ ਲੱਗੀ, ਜਦੋਂ ਗੱਡੀ ਦੇ ਅੰਦਰ ਹੀ ਜਦੋਂ ਗੈਸ ਯੰਤਰ ਜਿਹੜਾ ਪਿਆ ਸੀਗਾ ਅੱਗ ਬੁਝਾਉਣ ਵਾਲਾ ਉਹਨੂੰ ਜਦੋਂ ਕੱਢਿਆ ਗਿਆ ਤੇ ਡਰਾਈਵਰ ਵੱਲੋਂ ਉਹਦੀ ਜਿਹੜੀ ਅੱਗ ਬੁਝਾਈ ਗਈ ਤੇ ਉਸ ਤੋਂ ਬਾਅਦ ਐਂਬੂਲੈਂਸ ਨੂੰ ਵੀ ਫੋਨ ਕੀਤਾ ਗਿਆ ਤੇ ਐਂਬੂਲੈਂਸ ਨੇ ਆ ਕੇ ਜਿਹੜੀ ਅੱਗ ਨੂੰ ਕਾਬੂ ਦੇ ਵਿੱਚ ਲਿਆ ਤੇ ਹੁਣ ਜਿਹੜੀ ਐਂਬੂਲੈਂਸ ਦੀ ਖੜੀ ਸਾਫ਼ ਤੌਰ 'ਤੇ ਦਿਖਾਈ ਦੇ ਰਹੀ ਹੈ ਵੀ ਕਿਸ ਤਰ੍ਹਾਂ ਖੁਦ ਜਿਹੜੀਆਂ ਚੱਲਣ ਵਾਲੀਆਂ ਜੇ ਲੋਕਾਂ ਨੂੰ ਸੇਵਾਵਾਂ ਦੇਣ ਵਾਲੀਆਂ ਅੱਜ ਖੁਦ ਜਿਹੜੀ ਬਿਮਾਰ ਹੁੰਦੀ ਦਿਖਾਈ ਦੇ ਰਹੀ ਹੈ, ਲੇਕਿਨ ਜਾਨ ਜ਼ਰੂਰ ਜੋਖਿਮ ਵਿੱਚ ਪਈ, ਲੇਕਿਨ ਕਿਸਮਤ ਚੰਗੀ ਸੀ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਜਿਹੜੀ ਗੱਡੀ ਹੈਗੀ ਉਹ ਬਿਲਕੁਲ ਜਿਹੜੀ ਆ ਖਰਾਬ ਹੁੰਦੀ ਉਹ ਸਾਫ਼ ਤੌਰ 'ਤੇ ਦਿਖਾਈ ਦੇ ਰਹੀ ਆ। ਸਥਿਤੀ ਹੁਣ ਕਿੱਦਾਂ ਦੀ ਹੈ? ਅੱਜ ਕੰਟਰੋਲ ਆ ਜੀ, ਅੱਜ ਬੋਲਣ ਦੀ ਆ ਜੀ।
ਕੋਈ ਜਾਨੀ ਮਾਨੀ ਕੋਈ ਨੁਕਸਾਨ ਨੁਕਸਾਨ ਕੋਈ ਆ ਮਾਲੀ ਨੁਕਸਾਨ ਦਾ ਜਿਹੜਾ ਕਿ ਐਂਬੂਲੈਂਸ ਦਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਬਾਅਦ ਚ ਲਾਇਆ ਜਾਂਦਾ ਜੀ ਮੌਕੇ ਤੇ ਆਪਾਂ ਕੁਛ ਨਹੀਂ ਕਹਿ ਸਕਦੇ ਸੀਟ ਵਗੈਰਾ ਤਾਂ ਬੈਨਰ ਵਗੈਰਾ ਸੜ ਚੱਕਰ ਤੇ ਕੋਈ ਫਰੀ ਘਟਵਾਈ ਜਾਂਦੇ ਪੇਮੈਂਟ ਸਾਡੇ ਦੇ ਅਚਾਨਕ ਹੀ ਪਤਾ ਨਹੀਂ ਗਰਮੀ ਕਰਕੇ ਕੀ ਚੱਕਰ ਬਣਿਆ ਸ਼ੋਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਨਾ ਜੀ ਕੁਛ ਨਹੀਂ ਇਹ ਐਂਬੂਲੈਂਸ ਇੱਥੇ ਆ ਰਹੀ ਸੀ ਆਪਣੇ ਛੋਣੀ ਤੋਂ ਅਤੇ ਆਪਣੇ ਫਿਰੋਜ਼ਪੁਰ ਜਾ ਰਹੀ ਸੀਗੀ ਆਪਣੇ ਸਿਵਲ ਹੋਸਪਿਟਲ ਅਤੇ ਅਚਾਨਕ ਹੀ ਇਹਦੇ ਵਿੱਚ ਗਰਮੀ ਨਾਲ ਸ਼ੋਰਟ ਸਰਕਟ ਹੋਣ ਕਰਕੇ ਇਹਦੀ ਅੱਗ ਲੱਗ ਕੋਈ ਇਹਦੇ 'ਚ ਮਰੀਜ਼ ਸੀਗਾ ਕੋਈ ਨਹੀਂ ਨਹੀਂ ਐਂਬੂਲੈਂਸ ਖਾਲੀ ਸੀਗੀ ਮਰੀਜ਼ ਛੱਡ ਕੇ ਆ ਰਹੇ ਅਤੇ ਕੋਈ ਇਹਦੇ 'ਚ ਕੋਈ ਨੁਕਸਾਨ ਕਿੰਨਾ ਕੁ ਹੋਇਆ ਇਹਦੇ ਨੁਕਸਾਨ ਸੀਟ ਬਾਕੀ ਹੈ ਅਤੇ ਬੈਡ ਦਾ ਨੁਕਸਾਨ ਹੈਗਾ ਜੀ ਮੈਰੀ ਵੀ ਨੁਕਸਾਨ ਜੀ ਮੁਕਤਾ ਬਾਜ ਅਤੇ ਜੇ ਜਿੱਦਾਂ ਅੱਗ ਲੱਗੀ ਪੁਲ ਦੇ ਉੱਪਰ ਹੈ ਅਤੇ ਇਸ ਲਈ ਬਚਾਓ ਅੱਗ ਬੁਝਾਉਣ ਵਾਸਤੇ ਕੋਈ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਤੇ ਹਾਂਜੀ ਹਾਂਜੀ ਮੌਕੇ ਤੇ ਆ ਗਈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ